ਪੰਜਾਬ ਪੁਲਿਸ ਇੱਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ 'ਚ ਹੈ। ਲੁਧਿਆਣਾ SDF ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ। ਸਪੈਸ਼ਲ ਟਾਸਕ ਫੋਰਸ ਲੁਧਿਆਣਾ ਦੀ ਟੀਮ ਨੇ ਮਹਾਨਗਰ 'ਚ ਬਤੌਰ ਥਾਣਾ ਮੁਖੀ ਤਾਇਨਾਤ ਇੰਸਪੈਕਟਰ ਨੂੰ ਹੈਰੋਇਨ ਦੀ ਵੱਡੀ ਖੇਪ ਸਣੇ ਗ੍ਰਿਫਤਾਰ ਕੀਤਾ ਹੈ। SDF ਵੱਲੋਂ ਕਾਬੂ ਕੀਤਾ ਗਿਆ ਥਾਣੇਦਾਰ ਅਮਨਦੀਪ ਸਿੰਘ ਗਿੱਲ ਮਹਾਨਗਰ ਦੇ ਥਾਣਾ ਡਿਵੀਜ਼ਨ ਨੰਬਰ 2 'ਚ ਬਤੌਰ SHO ਤਾਇਨਾਤ ਸੀ, ਜਦੋਂ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 2 ਦੇ SHO ਅਮਨਦੀਪ ਸਿੰਘ ਗਿੱਲ ਨੂੰ ਹੈਰੋਇਨ ਸਪਲਾਈ ਕਰਨ ਵਾਲੇ ਤਸਕਰਾਂ ਨੂੰ ਪੈਸੇ ਲੈ ਕੇ ਛੱਡਣ ਦੇ ਇਲਜ਼ਾਮ ਲੱਗੇ ਨੇ। ਇਸ ਸੰਬੰਧੀ SDF ਦੇ IGR ਕੇ ਜੈਸਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ। SDF ਦੇ IG ਨੇ ਕਿਹਾ ਕਿ ਨਸ਼ੇ ਦੇ ਖਿਲਾਫ਼ ਉਹਨਾਂ ਵੱਲੋਂ ਵਿੱਢੀ ਗਈ ਮੁਹਿੰਮ ਦੇ ਤਹਿਤ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਕਿੰਨੇ ਵੀ ਵੱਡੇ ਅਹੁਦੇ ਤੇ ਕਿਉਂ ਨਾ ਹੋਵੇ। SHO ਸੇ ਅਭੀ ਹਮਨੇ ਰਿਕਵਰ 10 ਗ੍ਰਾਮ 10.35 ਮਿਲੀਗ੍ਰਾਮ ਸਮੇ ਉਸੇ ਹੈਰੋਇਨ ਰਿਕਵਰ ਕੀ ਹੈ। ਕਿਉਂਕਿ ਇਹ ਵਹੀ ਹੀਰੋਇਨ ਥੀ ਜੋ ਵੋ ਬੰਦੇ ਲੈ ਕੇ ਆਏ ਥੇ, ਔਰ ਯਹੀ ਹੈਡ ਕਾਂਸਟੇਬਲ ਬਲਬੀਰ ਜਿਸਨੇ ਫੈਸਿਲੀਟੇਟ ਕਰਵਾਇਆ ਥਾ ਇਹ ਸਾਰੀ ਚੀਜ਼ ਕਰਵਾਈ ਥੀ, ਤੋ ਉਹਨਾਂ ਉਸਕੀ ਹੀਰੋਇਨ ਵੀ ਰੱਖ ਲਈ ਥੀ। ਪੈਸੇ ਕੀ ਡਿਮਾਂਡ ਕੀ, ਪੈਸੇ ਮਿਲੇ ਵੀ ਇਸੇ, ਜਬ ਪੈਸੇ ਮਿਲੇ ਤਬ ਇਹਨਾਂ ਨੇ ਬੰਦੇ ਕੋ ਛੋੜਾ, ਔਰ ਇਸ ਤਰੀਕੇ ਸੇ ਜੋ ਇਹ ਡਰੱਗਸ ਕੇ ਮੈਂ ਕਾਰੋਬਾਰ ਮੈਂ ਜਾਂ ਸਮਗਲਰੋ ਕੇ ਸਾਥ ਇਹ ਜਿਸ ਤਰ੍ਹਾਂ ਸੇ ਇਸਕੀ ਮਿਲੀ ਭੁਗਤ ਹੀ ਨਹੀਂ ਬਲਕਿ ਇੱਕ ਤਰੀਕੇ ਸੇ ਆਪ ਕਹਿ ਸਕਤੇ ਹੈ ਕਿ ਇੱਕ ਇਤਨਾ ਬੜਾ ਕ੍ਰਿਮੀਨਲ ਐਕਟ, ਇਸੀ ਕੋ ਲੈ ਕੇ ਹਮਨੇ ਇਸਮੇ 59(2) ਜੋ ਸੈਕਸ਼ਨ ਹੈ NDPS ਮੇਂ, ਬਹੁਤ ਸਟ੍ਰਿੰਜੈਂਟ ਲਾਅ ਹੈ NDPS ਮੇਂ। ਪੈਸੇ ਅਲੱਗ ਅਲੱਗ ਹੈ ਸਰ, ਟੋਟਲ ਕਿਤਨੀ ਅਮਾਊਂਟ ਹੈ? ਅਭੀ ਅਬ SHO ਨੇ ਜਵਾਬ, ਕਿਸ ਤਰ੍ਹਾਂ ਕੀ ਵਿਭਾਗੀ ਕਾਰਵਾਈ ਹੋ ਗਈ, ਔਰ ਵਿਭਾਗੀਆਂ ਤਾਂ ਗ੍ਰਿਫਤਾਰ ਹੀ ਕਰ ਲਿਆ ਅਮਾਊਂਟ, ਇਸਮੇ ਅਲੱਗ ਅਲੱਗ ਟਾਈਮ ਮੇਂ ਅਲੱਗ ਅਲੱਗ ਅਮਾਊਂਟ ਦੀਏ ਗਏ ਹੈ। ਜੈਸੇ ਪਹਿਲੇ 30,000 ਰੁਪਿਆ ਦਿਆ ਗਿਆ, ਉਸਕੇ ਬਾਅਦ ਅਗਲੇ ਦਿਨ ਉਹਨਾਂ ਨੇ 60,000 ਰੁਪਏ, ਮਤਲਬ ਅਲੱਗ ਅਲੱਗ ਤਰੀਕੇ ਸੇ ਜੈਸੇ ਜੈਸੇ ਬੰਦੋ ਕੋ ਛੋੜਤੇ ਗਏ। SHO ਹੈ ਸਰ, ਇਸਕਾ ਨਾਮ ਤੋ ਪਤਾ ਕਿਆ ਹੈ, ਔਰ ਇਹ ਕਿ ਆਗੇ ਵੀ ਇਨਵੋਲਵਡ ਹੈ ਕਿਸੇ ਐਸੇ ਕੇ? ਨਹੀਂ, ਅਭੀ ਦੇਖੀਏ, ਅਭੀ ਚੁਕਿ ਹਮਨੇ ਕੱਲ ਹੀ ਇਸੇ ਗ੍ਰਿਫਤਾਰ ਕੀਆ ਹੈ ਦੇਰ ਰਾਤ, ਤੋ ਅਭੀ ਇਸਕੀ ਤਫਤੀਸ਼ ਮੇਂ ਹਮੇ ਬਹੁਤ ਸਾਰੀ ਚੀਜ਼ੇ ਜੋ ਹੈ ਸਮ ਦੇਖੇਂਗੇ ਕਿ ਪਹਿਲੇ ਕਹਾਂ ਕਹਾਂ ਪੇ ਇਸਕੀ ਤੈਨਾਤੀ ਰਹੀ ਹੈ। ਹੈਡ ਕਾਂਸਟੇਬਲ ਬਲਬੀਰ ਜੋ ਹੈ ਜਿਸਕੇ ਖਿਲਾਫ਼ ਪਹਿਲੇ ਹੀ 2 ਪਰਚੇ ਹੈ, ਅਭੀ ਇਸਕੀ ਪੁੱਛਤਾਛ ਸੇ ਵੀ ਪਤਾ ਲੱਗੇਗਾ ਕਿ ਵਾਕਈ ਔਰ ਕਿਤਨੇ ਪੁਲਿਸ ਵਾਲੋ ਕੇ ਸਾਥ ਯਾ ਕਿਸੀ ਔਰ ਬੰਦੇ ਕੀ ਕੋਈ ਇਨਵੋਲਵਮੈਂਟ ਹੈ। ਹੁਣ ਤੁਹਾਡੀ 10ਵੀਂ ਅਤੇ 12ਵੀਂ ਤੋਂ ਬਾਅਦ ਨੌਕਰੀ ਦੀ ਚਿੰਤਾ ਖਤਮ। ਗਲੋਬਲ ਅਚੀਵਰਸ ਅਵਾਰਡ ਨਾਲ ਸਨਮਾਨਿਤ ਪਟਿਆਲਾ ਦੀ ਸਵੈ ਰੋਜ਼ਗਾਰ ਪ੍ਰਦਾਨ ਕਰਵਾਉਣ ਵਾਲੀ ਪਹਿਲੀ ਅਤੇ ਸਭ ਤੋਂ ਪੁਰਾਣੀ ਸੰਸਥਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ISO ਪ੍ਰਮਾਣਿਤ, ਪੰਜਾਬ ਦਾ ਨੰਬਰ 1 ਇੰਸਟੀਚਿਊਟ। ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ਮੇਨ ਰੋਡ ਫੈਕਟਰੀ ਏਰੀਆ, ਨੀਅਰ ਸ਼ਿਵ ਮੰਦਿਰ, ਪਟਿਆਲਾ, ਪੰਜਾਬ।